ਭਾਰਤ ਅਤੇ ਡੋਮਨਿਕ ਗੰਰਾਜ ਵਿਚਾਲੀ ਦੁਵੱਲਾ ਵਪਾਰ 1 ਬਿਲੀਅਨ ਡਾਲਰ ਤੱਕ ਪਹੁੰਚ ਗਿਆ ਹੈ ਡੋਮਨਿਕ ਦੇ ਦੌਰੇ ਤੇ ਗਏ ਵਿਦੇਸ਼ ਮੰਤਰੀ ਡਾਕਟਰ ਅਜੇ ਸ਼ੰਕਰ ਨੇ ਇੱਕ ਕਾਰੋਬਾਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਦੋਹਾਂ ਦੇਸ਼ਾਂ ਵਿਚਾਲੇ ਵਪਾਰ ਵਿੱਚ ਫਾਰਮਾ ਸਮੁੰਦਰੀ ਉਤਪਾਦ ਸੋਨਾ ਅਤੇ ਕਾਗਜ਼ ਦੇ ਬਣੇ ਉਤਪਾਦਾਂ ਦਾ ਵੱਡਾ ਹਿੱਸਾ ਹੈ ਉਨ੍ਹਾਂ ਮੇਜ਼ਬਾਨ ਮੁਲਕ ਵਿੱਚ ਕੁਝ ਭਾਰਤੀ ਕੰਪਨੀਆਂ ਦੀ ਮੌਜੂਦਗੀ ਦਾ ਵੀ ਜ਼ਿਕਰ ਕੀਤਾ ਇਸੇ ਦੌਰਾਨ ਉਨ੍ਹਾਂ ਦੱਸਿਆ ਕਿ ਦੋਹਾਂ ਮੁਲਕਾਂ ਵਿਚਾਲੇ ਸਾਂਝੀ ਆਰਥਿਕ ਤੇ ਵਪਾਰਕ ਪਾਈਵਾਲੀ ਲਈ ਕੀਤਾ ਗਿਆ ਇੱਕ ਸਮਝੌਤਾ ਅੰਤਲੇ ਗੇੜ ਵਿੱਚ ਪਹੁੰਚ ਗਿਆ ਹੈ ਅਤੇ ਜਲਦ ਹੀ ਮੁਕੰਮਲ ਕਰ ਲਿਆ ਜਾਵੇਗਾ